ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਜਿੰਨੇ ਬੰਦੇ ਜੁੜ ਰਹੇ ਆਪਣੇ ਨਾਲ, ਬਹੁਤ ਜ਼ਰੂਰੀ ਅਨਾਊਂਸਮੈਂਟ ਕਰਨੀ ਆ। ਅਤੇ ਆਪਣੇ ਨਾਲ 1700 ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਲੱਗਦਾ ਮੈਂ ਦੂਜੀ ਵਾਰ ਲਾਈਵ ਹੋਣ ਲੱਗਾ ਇੰਸਟਾਗ੍ਰਾਮ 'ਤੇ ਅੱਜ ਤੱਕ। ਪਹਿਲਾਂ ਤਾਂ ਦਿਲੋਂ ਧੰਨਵਾਦ, ਦਿਲੋਂ ਧੰਨਵਾਦ ਜਿਹੜੇ ਜਿਹੜੇ ਵੀ ਬੰਦਿਆਂ ਨੇ, ਸਪੋਰਟਰਸ ਨੇ, ਮੇਰੇ ਗਾਣਿਆਂ ਨੂੰ ਪਸੰਦ ਕਰਨ ਵਾਲਿਆਂ ਨੇ ਮੈਨੂੰ ਦੁਆਵਾਂ ਦਿੱਤੀਆਂ, ਕਿਉਂਕਿ ਬਹੁਤਿਆਂ ਦੇ ਤਾਂ ਮੈਂ ਕਮੈਂਟ ਪੜ੍ਹ ਕੇ ਵੀ ਦੁਬਾਰਾ ਵੀ ਰੋਇਆ। ਸੱਚੀ ਗੱਲ ਆ, ਅਤੇ ਇੰਨਾ ਪਿਆਰ ਕਰਨ ਵਾਲੇ ਵੀ ਮੈਨੂੰ, ਮੇਰੇ ਗਾਣੇ ਸੁਣਨ ਵਾਲੇ ਵੀ ਹੈਗੇ ਆ, ਅਤੇ ਕੁਝ ਕੁ ਮੇਰੇ ਸਿੰਗਰ ਭਰਾਵਾਂ ਨੇ ਵੀ ਹਮਦਰਦੀ ਜਤਾਈ, ਵੀਡੀਓਆਂ ਪਾਈਆਂ, ਅਤੇ ਉਹਨਾਂ ਦੀਆਂ ਵੀਡੀਓਆਂ ਤੋਂ ਸਾਫ ਝਲਕਦਾ ਸੀ ਕਿ ਉਹਨਾਂ ਨੇ ਕਿੰਨੇ ਸੱਚੇ ਮਨੋਂ ਸਪੋਰਟ ਦੇ ਕਰਨ ਦੇ, ਸਪੋਰਟ ਕਰਨ ਦੇ ਮੋਟਿਵ ਨਾਲ ਵੀਡੀਓ ਪਾਈ। ਮੈਂ ਸ਼ੁਕਰਗੁਜ਼ਾਰ ਹਾਂ ਉਹਨਾਂ ਦਾ। ਅਤੇ ਜਦੋਂ ਤੱਕ ਮੈਂ ਲਾਈਨ 'ਚ ਮੈਂ ਚੀਜ਼ ਯਾਦ ਰੱਖੂੰਗਾ ਕਿ ਉਹ ਬੰਦੇ ਮੇਰੇ ਹੱਕ ਲਈ, ਮੇਰੇ ਹੱਕ 'ਚ ਖੜ੍ਹੇ ਸੀ ਕਿਸੇ ਨਾ ਕਿਸੇ ਤਰੀਕੇ ਨਾਲ। ਸਾਰਿਆਂ ਦਾ ਧੰਨਵਾਦ, ਤੁਹਾਡਾ ਸਾਰਿਆਂ ਦਾ ਵੀ ਧੰਨਵਾਦ। ਜਿੱਥੋਂ ਤੱਕ ਮੈਨੂੰ ਹੋ ਸਕਿਆ ਮੈਂ ਹਰ ਇੱਕ ਦੀ ਵੀਡੀਓ ਦੇਖੀ, ਅਤੇ ਮੇਰੇ ਮਨ ਨੂੰ ਦਿਲਾਸਾ ਮਿਲਿਆ ਅਤੇ ਮੈਨੂੰ ਇੱਕ ਪੋਜ਼ਿਟਿਵ ਐਨਰਜੀ ਮਿਲੀ ਕਿ ਹਾਂ ਯਾਰ, ਮੇਰੇ ਹੱਕ 'ਚ ਲੋਕ ਖੜ੍ਹੇ ਆ, ਮੈਨੂੰ ਸਪੋਰਟ ਕਰਨ ਨੂੰ ਖੜ੍ਹੇ ਆ, ਅਤੇ ਮੈਨੂੰ ਚਾਹੁੰਦੇ ਆ ਕਿ ਮੈਂ ਇਸੇ ਤਰੀਕੇ ਨਾਲ ਆਪਦੇ ਰਾਹ 'ਤੇ ਚੱਲਦਾ ਜਾਵਾਂ। ਅਤੇ ਮੇਰੀ ਵੀ ਤੁਹਾਨੂੰ ਪ੍ਰੋਮਿਸ ਆ ਤੁਹਾਡੇ ਨਾਲ ਕਿ ਇੱਦਾਂ ਹੀ ਪਹਿਲਾਂ ਵਾਂਗ ਹੀ ਕੋਸ਼ਿਸ਼ ਰਹੂਗੀ ਸਾਡੀ ਅਤੇ ਸਾਡੀ ਟੀਮ ਦੀ ਕਿ ਵਧੀਆ ਗਾਣੇ ਰਿਲੀਜ਼ ਕਰੀਏ। ਅਤੇ ਮੈਂ ਜਿਹੜੀ ਮੇਨ ਅਨਾਊਂਸਮੈਂਟ ਕਰਨੀ ਸੀ ਉਹ ਇਹ ਆ ਕਿ ਪਹਿਲਾਂ ਤਾਂ ਮੇਰੇ ਭਰਾ ਦਾ ਗੋਲਡਨ ਸੰਘੇੜਾ ਜਿਹੜਾ ਮੈਨੂੰ ਏਅਰਪੋਰਟ ਤੋਂ ਲੈ ਕੇ ਆਇਆ, ਅਤੇ ਉਹਨੇ ਇੰਨਾ ਵੱਡਾ ਸਟੈਪ ਚੱਕਿਆ ਮੇਰੇ ਲਈ ਕਿ ਸਪੀਡ ਰੈਕਟ ਵਾਲਿਆਂ ਨਾਲ ਮੇਰੇ ਆਉਣ ਤੱਕ ਸਾਰਾ ਕੁਛ ਉਹਨੇ ਗੱਲ ਕਰੀ, ਅਤੇ ਉਦੋਂ ਵੀ ਜ਼ਿਆਦਾ ਧੰਨਵਾਦ ਸਪੀਡ ਰੈਕਟ ਵਾਲਿਆਂ ਦਾ ਕਿ ਉਹਨਾਂ ਨੇ ਮੈਨੂੰ ਆਉਂਦੇ ਨੂੰ ਸਾਡੀ ਉਹਨਾਂ ਨਾਲ ਮੀਟਿੰਗ ਹੋਈ, ਅਤੇ ਸੋਨੂੰ ਭਾਅ ਜੀ ਹੋਣੀ ਅਤੇ ਉਹਨਾਂ ਦੀ ਸਾਰੀ ਟੀਮ, ਉਹ ਕਹਿੰਦੇ ਵੀ ਤੇਰੇ ਗਾਣਿਆਂ ਦਾ ਨਹੀਂ ਗੈਪ ਪੈਣ ਦਿੰਦੇ, ਤੂੰ ਗਾਣੇ ਦੱਸ ਕਿੰਨੇ ਗਾਣੇ ਆ। ਮੈਂ ਕਹਿੰਦਾ ਯਾਰ ਮੈਂ ਖੁਸ਼ਕਿਸਮਤ ਆ, ਇਹ ਤੁਹਾਡੇ ਕਰਕੇ ਹੀ ਹੋਇਆ ਜੋ ਹੋਇਆ, ਤੁਸੀਂ ਲੋਕਾਂ ਨੇ ਮੈਨੂੰ ਸਪੋਰਟ ਕਰਨ ਵਾਲਿਆਂ ਨੇ ਦਿਖਾ ਤਾ ਕਿ ਕਿੰਨੇ ਕੇ ਹੱਦ ਤੱਕ ਤੁਸੀਂ ਪਿਆਰ ਕੀਤਾ ਮੇਰੇ ਅੱਜ ਤੱਕ ਗਾਣਿਆਂ ਨੂੰ, ਅਤੇ ਤੁਸੀਂ ਉਸ ਚੀਜ਼ ਨੂੰ ਉਭਾਰ ਕੇ ਅੱਗੇ ਲਿਆਂਦਾ, ਤੁਹਾਡੇ ਕਰਕੇ ਹੋਇਆ ਜੋ ਹੋਇਆ। ਮੇਰਾ 20 ਸਾਲ ਗਾਣਾ ਮੈਂ ਵੈਨਕੂਵਰ ਸ਼ੂਟ ਕਰਕੇ ਆਇਆ ਸੀ, ਜਿਹੜੇ ਲੋਕ ਮੇਰੇ ਨਾਲ ਪਹਿਲਾਂ ਦੇ ਜੁੜੇ ਉਹਨਾਂ ਨੂੰ ਪਤਾ ਆ, 1.5 ਮਹੀਨੇ ਪਹਿਲਾਂ 2 ਮਹੀਨੇ ਪਹਿਲਾਂ ਵੈਨਕੂਵਰ ਸ਼ੂਟ ਕਰਕੇ ਆਇਆ ਸੀ ਮੈਂ 2 ਗਾਣੇ, 20 ਸਾਲ ਵੀ ਅਤੇ ਇੱਕ ਗਾਣਾ ਹੋਰ ਟਰੂਡੋ, ਅਤੇ ਉਹ ਗਾਣਾ ਬਣਿਆ ਪਿਆ ਸੀ, ਸਾਡਾ ਗਾਣਾ ਰਿਲੀਜ਼ ਹੋਣਾ ਸੀਗਾ ਇਸ ਮਹੀਨੇ ਐਂਡ ਦੇ ਵਿੱਚ, ਪਰ ਹੁਣ ਭਾਅ ਜੀ ਹੁਣਾਂ ਨੇ ਆਉਂਦਿਆਂ ਨੇ ਜਦੋਂ ਸਾਰਾ ਕੁਛ ਦੇਖਿਆ, ਉਹ ਕਹਿੰਦੇ ਵੀ ਕਿ ਤੂੰ ਦਿਲ ਨਾ ਛੱਡ, ਤੇਰਾ ਪਹੁੰਚ ਸਾਰਾ ਕੁਛ ਹੋਊਗਾ। ਅਤੇ ਹੁਣ ਆਪਣਾ ਗਾਣਾ 14 ਤਰੀਕ ਨੂੰ ਰਿਲੀਜ਼ ਹੋ ਗਿਆ ਜੀ, ਆਹ 14 ਤਰੀਕ ਨੂੰ, 20 ਸਾਲ ਵੀਡੀਓ ਸਾਰਾ ਕੁਛ, ਅਤੇ ਮਿਊਜ਼ਿਕ ਕੀਤਾ ਸੁੱਖੀ ਵੀਰੇ ਨੇ, ਸੁੱਖੀ ਮਿਊਜ਼ੀਕਲ ਡਾਕਟਰਸ, ਐਂਡ ਮਿਊਜ਼ਿਕ ਐਂਡ ਮਿਊਜ਼ਿਕ ਮੈਨੂੰ ਪਰਸਨਲੀ ਬਹੁਤ ਜ਼ਿਆਦਾ ਪਸੰਦ ਆਇਆ ਮਿਊਜ਼ਿਕ। ਵੀਡੀਓ ਕੀਤੀ ਆ ਟਰੂ ਰੂਟ ਹੈਰੀ ਚਾਲ ਵੀਰਾ ਅਤੇ ਉਹਦੀ ਸਾਰੀ ਟੀਮ, ਸਪੈਸ਼ਲ ਧੰਨਵਾਦ ਆਪਣਾ ਗਾਡਰ ਭਰਾ ਪਾਲਾ ਸੁਣ, ਅਤੇ ਸਾਰੀ ਸਪੀਡ ਰੈਕਟ ਦੀ ਟੀਮ ਦਾ ਧੰਨਵਾਦ, ਆਪਣੀ ਦੇਸੀ ਰੈਕਟ ਟੀਮ ਦਾ ਧੰਨਵਾਦ, ਗੋਲਡਨ ਸੰਘੇੜਾ ਪਹਿਲੇ ਦਿਨ ਤੋਂ ਆਪਣੇ ਨਾਲ ਬੰਦਾ ਪਹਿਲੇ ਦਿਨ ਤੋਂ, ਅਤੇ ਬਾਕੀ ਆਪਣੇ ਟੋਰਾਂਟੋ ਵਾਲੇ ਯਾਰ ਤੁਸੀਂ ਸਾਰੇ, ਅਤੇ ਹੋਰ ਯਾਰ ਸੁੱਖੀ ਦੀ ਸਾਰੀ ਟੀਮ, ਸ਼੍ਰੇ, ਹੈਰੀ, ਐਵੀ, ਬਾਕੀ ਸਾਰੀ ਟੀਮ ਸੁੱਖੀ ਦੀ, ਜੇ ਕਿਸੇ ਦਾ ਨਾਮ ਰਹਿ ਗਿਆ ਹੋਵੇ ਤਾਂ ਮਾਫ਼ੀ ਚਾਹੁੰਦਾ। ਆਪਣਾ 14 ਤਰੀਕ ਨੂੰ ਗਾਣਾ ਆ ਰਿਹਾ 20 ਸਾਲ, ਅਤੇ ਪੋਸਟਰ
ਮੈਨੂੰ ਲੱਗਦਾ 2 ਜਾਂ 2.5 ਘੰਟੇ ਦੇ ਵਿੱਚ ਅੱਜ ਰਿਲੀਜ਼ ਕਰ ਦੇਣਾ ਇਹਨਾਂ ਨੇ। ਅਤੇ ਮੈਂ ਉਮੀਦ ਕਰਦਾ, ਮੈਂ ਰਿਕੁਐਸਟ ਕਰਦਾ, ਜਿੱਦਾਂ ਮੇਰੇ ਗਾਣਿਆਂ ਨੂੰ ਪਹਿਲਾਂ ਤੁਸੀਂ ਪਿਆਰ ਦਿੱਤਾ, ਜਿੰਨਾ ਪਿਆਰ ਦਿੱਤਾ ਉਨਾ ਪਿਆਰ ਜ਼ਰੂਰ ਦਿਓ, ਵੱਧ ਭਾਵੇਂ ਨਾ ਸਹੀ, ਜਿੰਨਾ ਪਹਿਲਾਂ ਪਿਆਰ ਕੀਤਾ ਮੇਰੇ ਗਾਣਿਆਂ ਨੂੰ ਉਨਾ ਪਿਆਰ ਜ਼ਰੂਰ ਦਿਓ। ਇਹ ਗਾਣਾ ਤੁਹਾਡਾ, ਤੁਹਾਡੀ, ਤੁਹਾਡਾ ਫੈਮਿਲੀ ਗਾਣਾ ਆ, ਤੁਹਾਡਾ ਆਪਣਾ ਗਾਣਾ ਆ। ਕੋਸ਼ਿਸ਼ ਕੀਤੀ ਗਈ ਆ ਮੇਰੇ ਵੱਲੋਂ ਲਿਖਣ 'ਚ, ਮਿਊਜ਼ਿਕ ਵਾਲੇ ਵੱਲੋਂ ਬਣਾਉਣ 'ਚ, ਫਿਲਮ ਵਾਲੇ ਵੀਡੀਓ ਵਾਲੇ ਵੱਲੋਂ ਫਿਲਮਾਉਣ ਦੇ ਵਿੱਚ, ਕਿ ਤੁਹਾਡੇ ਦਿਲਾਂ ਨੂੰ ਛੂਵੇ ਇਹ ਗੀਤ। ਅਤੇ ਮੈਨੂੰ ਉਮੀਦ ਆ ਤੁਹਾਨੂੰ ਹੱਦੋਂ ਵੱਧ ਪਸੰਦ ਆਊਗਾ। ਜੇ ਵਧੀਆ ਲੱਗਾ ਸ਼ੇਅਰ ਜ਼ਰੂਰ ਕਰਿਓ, ਕਮੈਂਟ ਜ਼ਰੂਰ ਕਰਿਓ, ਲਾਈਕ ਜ਼ਰੂਰ ਕਰਿਓ, ਸਾਨੂੰ ਵੀ ਪਤਾ ਲੱਗੇ ਅਤੇ ਹੋਰ ਅੱਗੇ ਤੋਂ ਵਧੀਆ ਕਰੀਏ। ਫਿਰ ਇੱਕ ਵਾਰੀ ਮੇਰੀ ਸਾਰੀ ਟੀਮ ਦਾ ਧੰਨਵਾਦ, ਮੇਰਾ ਭਰਾ ਗੋਲਡਨ ਸਗੇੜਾ ਉਹਦਾ ਧੰਨਵਾਦ, ਸਾਡਾ ਅਰਸ਼ ਗੋਲਡ ਮੀਡੀਆ ਤੋਂ ਉਹਦਾ ਧੰਨਵਾਦ ਬਹੁਤ ਜ਼ਿਆਦਾ, ਉਹਦੀ ਸਪੋਰਟ ਆਪਾਂ ਨੂੰ ਪੂਰੀ। ਅਤੇ ਮੇਰੇ ਟੋਰਾਂਟੋ ਵਾਲੇ ਸਾਰੇ ਗੱਡਰ ਯਾਰ, ਦੀਪ ਵੀਰਾ ਚੰਡੂ, ਉਹਦੀ ਸਾਰੀ ਟੀਮ, ਸਾਰਿਆਂ ਨੇ ਯਾਰ, ਹਰ ਇੱਕ ਬੰਦੇ ਨੇ, ਹਰ ਇੱਕ, ਇਹ ਬੰਦੇ ਤਾਂ ਚਲੋ ਮੇਰੇ ਨਾਲ ਪਹਿਲਾਂ ਦੇ ਜੁੜੇ ਆ, ਜਿਹਨਾਂ ਨੂੰ ਮੈਂ ਨਹੀਂ ਵੀ ਮਿਲਿਆ ਆਪਣੇ ਮਿਊਜ਼ਿਕ ਇੰਡਸਟਰੀ ਦੇ ਭਰਾ, ਉਹ ਦੇਖ ਕੇ ਯਕੀਨ ਨਹੀਂ ਸੀ ਹੁੰਦਾ ਯਾਰ ਵੀ ਅਸੀਂ ਤਾਂ ਸੁਣਿਆ, ਬੰਦੇ ਇੱਕ ਦੂਜੇ ਨੂੰ ਦੇਖ ਕੇ ਰਾਜ਼ੀ ਨਹੀਂ, ਪਰ ਇਹ ਆਰਟਿਸਟ ਭਰਾਵਾਂ ਨੇ ਇੰਨੀ ਸਪੋਰਟ ਕੀਤੀ ਆ, ਮੇਰਾ ਮੈਂ ਦਿਲੋਂ ਸ਼ੁਕਰਗੁਜ਼ਾਰ ਹਾਂ ਉਹਨਾਂ ਦਾ। ਅਤੇ ਬਾਕੀ ਜਿਹੜੀਆਂ ਕੰਪਨੀਆਂ ਵਾਲਿਆਂ ਦੇ, ਹੋਰ ਕੰਪਨੀਆਂ ਵਾਲਿਆਂ ਦੇ ਸਾਨੂੰ ਡਾਇਰੈਕਟਲੀ ਅਤੇ ਇਨਡਾਇਰੈਕਟਲੀ ਮੈਸੇਜ ਆਏ ਆ, ਮੈਨੂੰ ਆਏ ਆ, ਗੋਲਡਨ ਵੀਰੇ ਨੂੰ ਆਏ ਆ ਵੀ ਅਸੀਂ ਬੰਦੇ ਦੀ ਸਪੋਰਟ ਕਰਦੇ ਹਾਂ, ਅਸੀਂ ਬੰਦੇ ਦੇ ਗਾਣੇ ਕਰਨੇ ਆ, ਸਾਨੂੰ ਦੱਸੋ, ਉਹਨਾਂ ਦਾ ਯਾਰ ਦਿਲੋਂ ਧੰਨਵਾਦ। ਪਰ ਮੇਰਾ ਭਰਾ, ਮੈਂ ਗੋਲਡਨ ਨੂੰ ਛੱਡ ਕੇ ਕਿਸੇ ਹੋਰ ਨਾਲ ਕੰਮ ਨਹੀਂ